ਹਲਕਾ ਡੇਰਾ ਬਾਬਾ ਨਾਨਕ ਦੇ ਪਿੰਡ ਬਹਿਲੋਲਪੁਰ ਛੋਟੇ ਵਿਖੇ ਛੱਪੜ ਦਾ ਮਾਮਲਾ ਤੂਲ ਫੜਦਾ ਜਾ ਰਿਹਾ ਹੈ। ਸਾਬਕਾ ਸਰਪੰਚ ਚਰਨਜੀਤ ਸਿੰਘ ਅਤੇ ਸਮੂਹ ਪੰਚਾਇਤ ਵੱਲੋਂ ਸੁੱਚਾ ਸਿੰਘ ਤੇ ਕਥਿਤ ਤੌਰ ਤੇ ਪਿੰਡ ਦੇ ਛੱਪੜ ਉੱਪਰ ਨਾਜਾਇਜ਼ ਕਬਜ਼ਾ ਕਰਨ ਸੰਬੰਧੀ ਪ੍ਰਸ਼ਾਸਨ ਅੱਗੇ ਗੁਹਾਰ ਲਗਾਈ ਹੈ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਵੱਲੋਂ ਨਾਜਾਇਜ਼ ਕਬਜ਼ਾ ਛਡਾਉਣ ਲਈ 8 ਮਹੀਨੇ ਬੀਤਣ ਤੋਂ ਬਾਅਦ ਵੀ ਕਬਜ਼ਾ ਨਹੀਂ ਛਡਵਾਇਆ। ਉਧਰ ਸੁੱਚਾ ਸਿੰਘ ਨੇ ਆਪਣਾ ਪੱਖ ਰੱਖਦਿਆਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਹ ਛੱਪੜ ਦੀ ਜ਼ਮੀਨ ਨਹੀਂ ਹੈ, ਇਹ ਪੰਚਾਇਤੀ ਜ਼ਮੀਨ ਹੈ ਜੋ ਮੇਰੇ ਕੋਲ ਲਗਭਗ 50 ਸਾਲ ਪੁਰਾਣੀ ਹੈ। ਮੈਂ ਕੋਰਟ ਕੇਸ ਵੀ ਜਿੱਤਿਆ ਹੈ, ਮੇਰੇ ਕੋਲ ਪੰਚਾਇਤੀ ਮਤਾ ਵੀ ਹੈ ਜੋ ਮੇਰੇ ਹੱਕ ਵਿੱਚ ਹੈ। ਇਸ ਮੌਕੇ ਬਲਵਿੰਦਰ ਸਿੰਘ, ਕੁਲਬੀਰ ਸਿੰਘ, ਨਰਿੰਦਰਜੀਤ ਸਿੰਘ, ਸਤਨਾਮ ਸਿੰਘ, ਗੁਰਮੇਜ ਸਿੰਘ ਆਦਿ ਹਾਜ਼ਰ ਸਨ। ਜਾਣੋ ਛੱਪੜ ਤੇ ਕਬਜ਼ੇ ਦੇ ਸੰਬੰਧ ਵਿੱਚ ਦੋਨਾਂ ਧਿਰਾਂ ਦਾ ਕੀ ਕਹਿਣਾ ਹੈ। ਮੂਲ ਤੁਸੀਂ ਦੇਖ ਰਹੇ ਜੀ ਡੀਪੀ ਨਿਊਜ਼ ਜੀ, ਮਾਇਆ ਮੋਰਾ ਭੱਟੀ। ਇਸ ਵੇਲੇ ਆਪਾਂ ਪਹੁੰਚੇ ਹਾਂ ਪਿੰਡ ਛੋਟਾ ਬਲੌਰਪੁਰ ਜੀ, ਜਿੱਥੇ ਕਿ ਨਜਾਇਜ਼ ਛੱਪੜ ਦਾ ਜਿਹੜਾ ਸੀਗਾ ਮਸਲਾ। ਸਾਡੇ ਨਾਲ ਸਾਬਕਾ ਪੰਚਾਇਤ ਜਿਹੜੀ ਇਸ ਵੇਲੇ ਮੌਜੂਦ ਆ, ਆਓ ਨਾਲ ਗੱਲਬਾਤ ਕਰਦੇ ਹਾਂ ਵੀ ਉਹ ਛੱਪੜ ਬਾਰੇ ਕੀ ਕਹਿਣਾ ਚਾਹੁੰਦੇ ਆ ਜੀ। ਹਾਂਜੀ, ਛੱਪੜ ਦਾ ਜਿਹੜਾ ਮਸਲਾ ਕੀ ਹੈ ਜੀ? ਜਿਹੜਾ ਤੁਹਾਡੇ ਵਾਸ ਛੱਪੜ ਦਾ ਸਾਹਿਬ ਜਿਹੜਾ ਝਗੜਾ ਸੀ 2010 ਤੋਂ ਚੱਲਦਾ, 2010 ਤੋਂ ਚੱਲਦਾ। ਇਹ ਮੀਡੀਆ ਦਫ਼ਤਰ ਵਾਲਿਆਂ ਨੇ ਤਨਖਾਹ ਦਿੱਤੀ ਸੀ ਤੇ ਉਦੋਂ ਡੱਕਿਆ ਸੀ, ਉਦੋਂ ਮੈਂਬਰ ਪੰਚਾਇਤ ਹਾਂ ਸੀ। ਤੇ ਬਾਅਦ ਚ ਸਾਲ ਬਾਅਦ ਅਸੀਂ 2011 ਚ ਸਟੇ ਹੋਇਆ, 15 ਚ ਫਿਰ ਫੈਸਲਾ ਹੋਇਆ ਸੀ ਕੋਰਟ ਦਾ, ਤੇ ਗ੍ਰਾਮ ਪੰਚਾਇਤ ਦੇ ਹੱਕ ਚ ਕੇਸ ਹੋਇਆ ਸਾਡਾ। ਤੇ ਬਾਅਦ ਚ ਸਰਪੰਚ ਨੇ ਮਤਾ ਪਾ ਕੇ ਪੰਚਾਇਤ ਦੇ ਥਰੂ ਡੱਕਿਆ ਗਿਆ ਸੀ। ਡੀਸੀ ਦਫ਼ਤਰ ਬੀਡੀਓ ਦਫ਼ਤਰ ਵਾਲਿਆਂ ਨੇ ਭੇਜਿਆ ਸੀ ਪੁਲਿਸ ਸਹਾਇਤਾ ਵਾਸਤੇ, ਪੁਲਿਸ ਦੀ ਸਹਾਇਤਾ ਮਿਲਣ ਦੀ ਤਰੀਕ ਵੀ ਉਹਨਾਂ ਦੇ ਦਿੱਤੀ ਸੀ ਪੁਲਿਸ ਪ੍ਰੋਟੈਕਸ਼ਨ ਦੀ। ਬਾਅਦ ਤਹਿਸੀਲਦਾਰ ਦੇ ਆਰਡਰ ਹੋਏ ਥਾਂ ਖਾਲੀ ਕਰਾਉਣ ਦੇ, ਤਹਿਸੀਲਦਾਰ ਸਾਹਿਬ ਨੇ 2 ਵਾਰ ਦਾ ਪ੍ਰਵਾਨਕਾ ਦਿੱਤਾ 8 ਮਹੀਨੇ ਦਾ, ਦੋਵੇਂ ਵਾਰ ਟਾਈਮ ਤੇ ਨਹੀਂ ਪਹੁੰਚਿਆ, ਨਾ ਪ੍ਰੋਟੈਕਸ਼ਨ ਪਹੁੰਚੀ ਤੇ ਨਾ ਤਹਿਸੀਲਦਾਰ ਸਾਹਿਬ ਪਹੁੰਚੇ। ਹੁਣ ਤੁਹਾਡੇ ਕੋਈ ਕਾਗਜ਼ ਡਾਕੂਮੈਂਟ ਹੈ ਕਿ ਨਹੀਂ ਸਾਡੇ? ਹਾਂਜੀ, ਸਭ ਕੁਝ ਆ ਗਏ, ਦਿਖਾਓ ਸਾਹਮਣੇ। ਆਹ ਡੀਸੀ ਦਫ਼ਤਰ ਦੀ ਚਿੱਠੀ, ਜਾ ਵੇਖੋ ਨਾ ਪ੍ਰਵਾਨਕਾ, ਬੰਦਿਆਂ ਦੀ ਚਿੱਠੀਆਂ ਰਿਸੀਵ ਹੋ ਗਈਆਂ। ਸਾਰਾ ਥਾਂ ਕਿੰਨਾ ਸਾਰਾ ਜੀ? ਸਾਰਾ ਥਾਂ 4 ਕਲਾਂ 15 ਮਰਲੇ। ਤਹਿਸੀਲਦਾਰ ਸਾਹਿਬ ਨਾਲ ਤੁਹਾਡਾ ਰਾਬਤਾ ਕਾਇਮ ਹੋਇਆ ਜੀ? ਹਾਂਜੀ। ਉਹਨਾਂ ਨੇ ਤੁਹਾਨੂੰ ਕੀ ਕਿਹਾ ਜੀ? ਉਹਨਾਂ ਕਿਹਾ ਵੀ ਕਰ ਦਿੰਦੇ ਆ, ਪਹਿਲਾਂ ਕਹਿੰਦੇ 15 ਅਗਸਤ ਲੰਘ ਲੈਣ ਦੋ, 15 ਅਗਸਤ ਆ ਗਈ, ਮੁੜ ਕੇ ਕਹਿੰਦੇ ਪਾਣੀ ਵਾਲਾ ਚੱਕਰ ਚੱਲ ਪਿਆ, ਸਾਡੇ ਕੋਈ ਬੰਦਾ ਨਹੀਂ ਪਹੁੰਚਿਆ, ਨਾ ਤਹਿਸੀਲਦਾਰ ਪਹੁੰਚਿਆ ਨਾ ਪੁਲਿਸ ਪ੍ਰੋਟੈਕਸ਼ਨ ਪਹੁੰਚੀ। ਹੁਣ ਤੁਸੀਂ ਕੀ ਚਾਹੁੰਦੇ ਹੋ? ਆਏ ਤੇ ਕਹਿਣਾ ਚਾਹੁੰਦੇ ਆ ਤੁਹਾਡਾ ਥਾਂ ਖਾਲੀ, ਸਾਨੂੰ ਕੋਈ ਇਨਸਾਫ ਇਹਦਾ ਦਿੱਤਾ ਜਾਏ, ਏਰੀਆ ਦੇ ਡੀਸੀ ਨੇ ਪਰਮਿਸ਼ਨ ਦਿੱਤੀ ਉਹਦੀ, ਉਹਦਾ ਇਨਸਾਫ ਦਿੱਤਾ ਜਾਏ। ਤੁਹਾਡਾ ਨਾਂ ਕੀ ਹੈ ਪਹਿਲਾਂ ਜੀ? ਚਰਨਜੀਤ ਸਿੰਘ। ਇਹ ਮਸਲਾ ਕੀ ਹੈ ਸਾਰਾ ਇਹ ਜੀ? ਇਹ ਮਸਲਾ ਇਹ ਵੀ ਇਹਨੂੰ ਖਾਲੀ ਕਰਨਾ ਚਾਹੀਦਾ, ਇਹ ਛੱਪੜ ਆ ਪਿੰਡ ਦਾ ਵਿਕਾਸ, ਪਾਣੀ ਦਾ ਜਿੱਥੇ ਪੰਚਾਇਤ ਦਾ ਥਾਂ ਵੱਖਰਾ ਹੁੰਦਾ, ਜਿਹੜਾ ਵਿਕਾਸ ਹੁੰਦਾ ਉਹ ਪਿੰਡ ਦੇ ਨਾਲੇ ਵਾਸਤੇ ਹੁੰਦਾ, ਪਾਣੀ ਆਉਣ ਤੇ ਵਾਲੀ ਮਹਿਣੀਆਂ ਦਾ। ਤੁਹਾਡੀ ਕੋਈ ਗੱਲਬਾਤ ਹੋਈ ਹੈ ਜੀ ਤਹਿਸੀਲਦਾਰ ਸਾਹਿਬ ਨਾਲ? ਹੋਈ ਜੀ ਹੋਈ। ਉਹਨਾਂ ਕੀ ਤੁਹਾਨੂੰ ਕਿਹਾ ਜੀ? ਉਹਨਾਂ ਇਹੋ ਟਾਈਮ ਦੇ ਗਿਆ ਵੀ ਬਸ ਆ ਜਾਂਦੇ ਆ, ਟਾਈਮ ਘੱਟ ਟਾਈਮ ਨਹੀਂ ਦਿੱਤਾ ਜੀ। ਕਿੰਨਾ ਚਿਰ ਹੋ ਗਿਆ ਤੁਹਾਨੂੰ? 8 ਮਹੀਨੇ 8 ਮਹੀਨੇ ਹੋ ਗਏ। 8 ਮਹੀਨੇ ਕੋਈ ਸੁਣਵਾਈ ਨਹੀਂ? ਨਹੀਂ ਨਹੀਂ। ਹੁਣ ਕੀ ਮੰਗ ਕਰਦੇ ਤੁਸੀਂ? ਇਹ ਨਹੀਂ ਵੀ ਇਹਨੂੰ ਖਾਲੀ ਕਰੋ, ਸਾਡਾ ਛੱਪੜ ਦਾ ਥਾਂ ਛੱਡੋ। ਹਾਂਜੀ ਸਰ, ਪਿੰਡ ਬਲੌਰਪੁਰ ਜਿਹੜਾ ਛੱਪੜ ਦਾ ਮਸਲਾ ਕੀ ਹੈ? ਛੋਟਾ ਬਲੌਰਪੁਰ ਹਾਂ, ਇਸ ਸੰਬੰਧ ਵਿੱਚ ਜੀ ਡੀਡੀਪੀਓ ਸਾਹਿਬ ਤੋਂ ਨਾ ਛੱਪੜ ਦੇ ਤੇ ਕਿਸੇ
ਪਿੰਡ ਦੇ ਬੰਦਿਆਂ ਦਾ ਕੋਈ ਨਜਾਇਜ਼ ਕਬਜ਼ਾ ਹੋਏਗਾ, ਵੀਡੀਓ ਜੀਡੀਪੀ ਸਾਹਿਬ ਵੱਲੋਂ ਇਹਦੇ 'ਚ ਜਿਹੜਾ ਕਬਜ਼ਾ ਦੂਰ ਕਰਾਉਣ ਦੇ ਆਰਡਰ ਹੋਏ ਪਏ ਆ ਵੀ ਇਹ ਕਬਜ਼ਾ ਜਿਹੜਾ ਛੁਡਾਇਆ ਜਾਵੇ ਵਿਦ ਪੁਲਿਸ ਫੋਰਸ। ਸਰ ਇਹ ਕਿੰਨੇ ਚਿਰ ਤੱਕ ਹੋਏਗਾ? 8 ਮਹੀਨੇ ਹੋ ਗਏ। ਹਾਂ ਦੇਖੋ ਇਹ ਡੀਸੀ ਸਾਹਿਬ ਦੇ ਏਜੰਡੇ ਵਿੱਚ ਵੀ ਹੈਗਾ, ਮੀਟਿੰਗ ਦੇ ਏਜੰਡੇ ਵਿੱਚ ਕਾਨੂੰਗੋ ਸਾਹਿਬ ਦੀ ਇਹਦੇ ਵਿੱਚ ਮੈਂ ਡਿਊਟੀ ਲਗਾਈ ਪਈ ਆ, ਔਰ ਕਾਨੂੰਗੋ ਲਾਸਟ ਮੰਥ ਵੀਡੀਓ ਸਟਾਫ ਨੂੰ ਨਾਲ ਲੈ ਕੇ ਮੌਕੇ ਤੇ ਗਏ ਵੀ ਸੀਗੇ, ਪਰੰਤੂ ਪਿੰਡ ਵਾਲਿਆਂ ਨੇ ਕੁਝ ਵਿਰੋਧ ਕੀਤਾ ਜਿਨ੍ਹਾਂ ਨੇ ਨਜਾਇਜ਼ ਕਬਜ਼ੇ ਕੀਤੇ ਹੋਣਗੇ। ਇਸ ਕਰਕੇ ਜਿਹੜਾ ਉਹਨਾਂ ਤੋਂ ਰਿਪੋਰਟ ਲੈ ਕੇ ਇਹਦੇ 'ਚ ਫੋਰਸ ਮੰਗਾਂਗੇ, ਤੇ ਫੋਰਸ ਮੰਗਣ ਤੋਂ ਬਾਅਦ ਜਦੋਂ ਫੋਰਸ ਸਾਨੂੰ ਅਵੇਲੇਬਲ ਹੋ ਗਈ 26 ਜਨਵਰੀ ਤੋਂ ਬਾਅਦ ਸਾਡੀ ਕੋਸ਼ਿਸ਼ ਹੈ ਵੀ ਨਜਾਇਜ਼ ਕਬਜ਼ਾ ਜਿਹੜਾ ਦੂਰ ਕਰਾ ਦਈਏ। ਸਰ ਡੀਸੀ ਸਾਹਿਬ ਵੱਲੋਂ ਤਾਂ ਆਰਡਰ ਹੋ ਚੁੱਕੇ ਨੇ ਫੋਰਸ ਤੋਂ ਬੰਦ ਲੈਣ ਵਾਸਤੇ, ਉਹੀ ਨਾ ਸਾਡੇ ਵੱਲੋਂ ਲਿਖ ਕੇ ਜਾਊਗਾ ਨਾ ਜੀ ਫੋਰਸ ਨੂੰ ਕਿ ਕਿੰਨੀ ਫੋਰਸ ਚਾਹੀਦੀ ਆ, ਉਹਦੀ ਡੇਟ ਫਿਕਸ ਕਰਾਂਗੇ, ਫੋਰਸ ਜਦੋਂ ਫ੍ਰੀ ਹੋਏਗੀ ਉਹਦੀ ਡੇਟ ਫਿਕਸ ਕਰਾਂਗੇ ਤੇ ਉਹਦੇ ਮੁਤਾਬਕ ਅਸੀਂ ਕਬਜ਼ਾ ਕਰਵਾਈਏ ਦੂਰ ਕਰਾ ਲਾਂਗੇ। ਸਾਰੇ ਛੇਤੀ ਤੋਂ ਛੇਤੀ ਸਮੂਹ ਪੰਚਾਇਤ ਨੂੰ ਇਨਸਾਫ਼ ਮਿਲੇਗਾ? ਬਿਲਕੁਲ ਜੀ, ਬਿਲਕੁਲ ਬਿਲਕੁਲ, ਜਿਹੜਾ ਆਰਡਰ ਹੋਏ ਪਿਆ ਕੋਈ ਕਬਜ਼ਾ ਦੂਰ ਕਰਾਉਣ ਦੇ ਉਹਦੇ ਵਿੱਚ ਅਸੀਂ ਕਾਰਵਾਈ 100% ਕਰਾਂਗੇ ਔਰ ਹੋਏਗੀ। ਬਾਪੂ ਜੀ ਆਪਣਾ ਨਾਮ ਕੀ ਆ? ਸੁੱਚਾ ਸਿੰਘ ਜੀ। ਕਿਹੜਾ ਪਿੰਡ ਆ? ਨਕਬਦਾਰਪੁਰ। ਤੁਹਾਡੇ ਪਿੰਡ ਦੇ ਛੱਪੜ ਦਾ ਕੀ ਮਸਲਾ ਜੀ? ਛੱਪੜ ਦਾ ਕੋਈ ਝਗੜਾ ਨਹੀਂ ਜੀ। ਹਾਂਜੀ, ਉਹ ਵੀ ਜ਼ਮੀਨ ਤੇ ਕਬਜ਼ਾ ਮੇਰਾ। ਅੱਛਾ ਜੀ। ਉਹਦੇ ਨਾਲ ਕੇਸ ਕੀਤਾ, ਇਹਨਾਂ ਛੱਪੜ ਦਾ ਕੇਸ ਕੀਤਾ ਜੀ, ਉਹ ਮੈਂ ਜਿੱਤ ਗਿਆ। ਅੱਛਾ ਜੀ। ਕੋਰਟ ਰਾਹੀਂ ਉਹਦੀ ਨਕਲ ਮੇਰੇ ਕੋਲ ਆ ਜੀ। ਹਾਂਜੀ। ਇਹਨਾਂ ਨੇ ਮਤਾ ਪਵਾ ਕੇ ਇਹ ਲਿਖ ਕੇ ਦਿੱਤਾ ਹੈ ਕਿ ਇਸ ਦੇ ਕਬਜ਼ਾ ਕੀਤਾ ਜਾਵੇ, ਸਾਨੂੰ ਕੋਈ ਨਾਰਾਜ਼ ਨਹੀਂ। ਰਾਜ ਪੱਟੀ ਦਿਵਲ, ਪੰਜਾਬ ਟੀਵੀ, ਡੇਰਾ ਬਾਬਾ ਨਾਨਕ।